ਸਾਡੀ ਕੰਢ ਸੜ ਗਈ ਹੈ, ਸੋਨਾ ਸਾਡੇ ਹੱਥਾਂ ਦੇ ਜ਼ਖਮ ਥੀ ਗਏ, ਪੰਜ ਪੰਜ ਸਾਲ ਸਾਊਦੀ ਅਰਬ ਰਹੇ, ਵਾਪਸ ਨਹੀਂ ਸੇ ਵੱਲੇ ਪੈੜਾ ਲਾਗਦੇ ਬੈਠੇ ਹੋ ਜੀ, ਦੌਲਤ ਸਾਡੀ ਲੱਗੀ ਹੈ, ਪੈੜਾ ਇਹ ਹੈ, ਤਮਗਾ ਇਕ ਹੋਏ ਅਸਾਂ ਕਿਹੜੇ ਖਾਤੇ ਚ ਗਿਓ ਸੇ। ਅੱਲਾਹੁ ਅਕਬਰ ਕਬੀਰਾ, ਤਵੱਜੋ ਫਰਮਾਓ, ਇਹ ਦੁਨੀਆਦਾਰਾ ਇਹ ਦੁਨੀਆ ਦੀ ਤਾਲੀਮ ਆਈ ਮੂੰਹ ਤੱਕੀ ਬੈਠੇ, ਕੁਝ ਪੱਲੇ ਨੇ ਪਿਆ, ਮਹਸ਼ਰ ਦਾ ਦਿਨ ਆ ਗਏ, ਅਫਰਾ ਤਫਰੀ ਦਾ ਜ਼ਮਾਨਾ ਆ ਗਏ। ਸੁਣ ਅੱਲਾ ਦਾ ਕੁਰਾਨ ਸੂਰਾ ਅਬਸ ਕੀਸਮਾ ਪਾਰਾ ਫਰਮਾਇਆ, ਯਾਉਮਾ ਯਫਿਰੁਲ ਮਰਉ ਮਿਨ ਅਖੀਹੀ ਵਾ ਉਮਮੀਹੀ ਵਾ ਅਬੀ ਵਾ ਸਾਹਿਬਤੀਹੀ ਵਾ ਬਨੀ। ਸੁਭਾਨ ਅੱਲਾ, ਮਰੇ ਪਾਕ ਰੱਬ ਦੀ ਯਾਦ ਫਰਮਾਏ, ਉਮਲੇ ਤੂੰ ਨਹੀਂ ਵਿਦਰਦਾ, ਯਾਦ ਨਹੀਂ ਕਰੇਨਾ, ਜਿਸ ਟਾਈਮ ਤੇਰਾ ਹਕੀਕੀ ਭੀਰਾ ਭਜਵੇ ਸੀ, ਤੇਰੀ ਅੰਮਾ ਭਜਵੇ ਸੀ, ਤੇਰਾ ਅੱਬਾ ਭਜਵੇ ਸੀ, ਦੋਸਤ ਭਜਵੇ ਸਨ, ਤੇਰੀ ਔਲਾਦ ਭਜਵੇ ਸੀ, ਅਕਰਬਾ ਭਜਵੇ ਸਨ, ਔਖਾ ਦੌਰ ਹੋ ਸੀ, ਔਖੀਆਂ ਘੜੀਆਂ ਹੋ ਸਨ, ਹਰ ਫਰਦ ਪਸੀਨੇ ਅੰਦਰ ਸੀਰੇ ਤੋਣੀ ਗਰਕ ਹੋ ਸੀ। ਅੱਲਾ ਦੀ ਪਾਕ ਯਾਦ ਫਰਮਾਏ, ਭੁੱਲ ਗਈ ਉਹ ਵੇਲਾ ਜਿਸ ਵੇਲੇ ਆਦਮ ਵੀ ਆਖਸੀ ਇਜ਼ਹਬੂ ਇਲਾ ਗੈਰੀ, ਇਜ਼ਹਬੂ ਇਲਾ ਗੈਰੀ, ਰੱਬ ਨਫਸੀ ਨਫਸੀ, ਇਜ਼ਹਬੂ ਇਲਾ ਗੈਰੀ। ਉਹ ਸੋਨਾ ਮੈਦਾਨ ਵਾਜੇ ਤੇ ਵੰਨੋ, ਮੈਂ ਕੋ ਆਪਣੀ ਜਾਨ ਦੀ ਪਈ ਹੈ। ਅੱਲਾ ਅੱਲਾਹੁ ਅਕਬਰ, ਹਰ ਨਬੀ ਖੜਾ ਦੇ, ਹਾਂ ਹਾਂ ਵਾਏ ਪਾਸੇ ਬੰਨੋ, ਮੈਂ ਕੋ ਆਪਣੀ ਜਾਨ ਦੀ ਪਈਏ, ਹਰ ਨਬੀ ਦਾ ਐਲਾਨ ਪਿਆ ਥੀਂਦੇ, ਮੈਂ ਕੁਰਬਾਨ ਨਵਾ। ਉਹ ਟਾਈਮ ਸੀ ਸਲਾ, ਔਖਾ ਟਾਈਮ ਨਾ ਹੋਵੇ ਤੇਰੇ ਮੇਰੇ ਵਾਸਤੇ, ਸੌਖੀਆਂ ਖੜੀਆਂ ਹੋਵਣ, ਜਿਵੇਂ ਰੱਬ ਦੇ ਕੁਰਾਨ ਫਰਮਾਏ, ਤੂੰ ਪਛਤਾਉਂਦਾ ਨਾ ਉੱਠੇ ਬਲਕਿ ਖੁਸ਼ ਥੀਂਦਾ ਉੱਠੇ, ਕੈਫੀਅਤ ਬਣ ਮੰਨੇ। ਫਰਮਾਇਆ ਫਅੰਮਾ ਮਨ ਊਤੀਆ ਕਿਤਾਬਹੂ ਬਿਯਮੀਨ, ਸੁਭਾਨ ਅੱਲਾਹ, ਫਯਕੂਲੁ ਹਾ ਉਮਕਰਾਉ ਕਿਤਾਬੀਆ ਇੰਨੀ ਵਨੰਤੁ ਅੰਨੀ ਮੁਲਾਕਿਨ ਹਿਸਾਬੀਆ ਫਹੁਵਾ ਫੀ ਈਸ਼ਾਤਿਰ ਰਾਦੀਆ ਫੀ ਜੰਨਤਿਨ ਆਲੀਆ। ਸੁਭਾਨ ਅੱਲਾਹ, ਸੋਹਣਾ ਕੁਰਾਨ, ਸੋਹਣਾ ਕੁਰਾਨ। ਮੇਰੇ ਅੱਲਾ ਦੀ ਜ਼ਾਤ ਫਰਮਾਏ, ਕਿਹੜਾ ਖੁਸ਼ਬਖਤ ਹੋ ਸਨ ਜਿਸ ਵੇਲੇ ਤੇਰੇ ਸੱਜੇ ਹੱਥ ਦੇ ਅੰਦਰ ਨਾਮਾ ਅਮਾਲ ਹੋ ਸੀ, ਤੇਰੀ ਹੱਥ ਦੀ ਕਮਾਈ ਕੰਬਿਆਂ ਦੀ ਹੋ ਸੀ, ਤੂੰ ਅਹਦਾ ਵਦਾ ਹੋ ਸੈ, ਇੱਕ ਰਾਉ ਕਿਤਾਬੀਆ ਆ ਅੰਮਾ ਮੈਦਾ ਨਾਮਾ ਅਮਾਲ। ਹਾਏ ਹਾਏ, ਵਾਹ ਵਾਹ ਵਾਹ, ਆਵੇ ਅੱਬਾ ਆਵੇ ਸਜਣੋ, ਮੇਰਾ ਨਾਮ ਹੈ ਅਮਾਲ ਪੜੋ, ਸੱਜੇ ਹੱਥ ਦੇ ਅੰਦਰ ਨਾਮ ਹੈ ਅਮਾਲ ਹੋ ਸੀ, ਇਹ ਬਖਸ਼ੇ ਦੀ ਜ਼ਮਾਨਤ ਸਮਝੀ। ਮੂਠਾ ਜੁਮਲਾ, ਅੱਲਾ ਦੀ ਜ਼ਾਤ ਫਰਮਾਏ, ਕੁਝ ਉਹ ਵੀ ਹੋ ਸਨ ਤੇਰੇ ਆਸਨ, ਅੰਮਾ ਮਨ ਊਤੀਆ ਕਿਤਾਬਹੂ ਬਿਸ਼ਿਮਾਲੀ ਫਯਕੂਲੁ ਯਾ ਲੈਤਨੀ ਲਮ ਊਤ ਕਿਤਾਬੀਆ ਵਲਮ ਅਦਰਿ ਮਾ ਹਿਸਾਬੀਆ ਯਾ ਕਾਨਤਿਲ ਕਾਦਿਆ। ਸਦਕੇ ਸੁਭਾਨ ਅੱਲਾ, ਸੁਭਾਨ ਅੱਲਾ, ਜ਼ਿੰਦਗੀ ਜ਼ਿੰਦਗੀ ਸੁਣ ਕੇ ਹਾਂ ਕਲੇਜਾ ਖੜ ਗਿਆ। ਅੱਲਾ ਸੁਭਾਨ ਸੁਭਾਨ ਅੱਲਾ, ਸੁਭਾਨ ਅੱਲਾ, ਅੱਲਾ ਗਵਾਹ ਕੁਰਾਨ ਦਾ ਇਜਾਜ਼ ਹੈ, ਇਹ ਕੁਰਾਨ ਦੀ ਅਜ਼ਮਤ ਹੈ, ਕੁਰਾਨ ਦੀ ਇੱਜ਼ਤ ਹੈ। ਅੱਲਾ ਦੀ ਜ਼ਾਤ ਫਰਮਾਏ, ਜਿਲੇ ਮੂਮਨਾਂ ਦੇ ਸਾਹਮਣੇ ਕੁਰਾਨ ਪੜ੍ਹੀ ਚ ਨਾ, ਪੱਥਰ ਦਿਲ ਹੋਵੇ ਤਾਂ ਮੂਮ ਥਿੰਦੇ, ਕਿਵੇਂ ਪੜੋ ਦਾ ਇਮਾਨ ਵੱਧ ਵੈਂਦੇ, ਅੱਖਾਂ ਚ ਆਸੂ ਜਾ ਰਹੇ। ਹਾ ਹਾ ਹਾ, ਸੁਭਾਨ ਅੱਲਾ। ਸੁਣੋ ਸੁਣੋ, ਅੱਲਾ ਦਾ ਕੁਰਾਨ 7ਵੇਂ ਪਾਰੇ ਦੀ ਪਹਿਲੀ ਆਇਤ, ਅੱਲਾ ਦੀ ਜ਼ਾਤ ਫਰਮਾਏ, ਫਰਮਾਇਆ ਵਾ ਇਲਾ ਸਮੀਉ ਮਾ زلا الى الرسول ترى اعينهم تفيض من الدمع مما ارى